ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪਿੰਡ ਭਿੱਲੋਵਾਲ ਖੜ੍ਹੇ ਹਾਂ। ਇੱਥੇ ਬੱਚੇ ਦੀ ਫੀਸ ਭਰਨ ਆਏ ਸੀ ਅਭੈ ਜੋਧੀ ਨੇ ਅਪੀਲ ਕੀਤੀ ਸੀ, ਬਟ ਜਦ ਘਰ ਦੇ ਹਾਲਾਤ ਦੇਖੇ ਤਾਂ ਮੈਂ ਕਿਹਾ ਤੁਹਾਡੇ ਨਾਲ ਰੂਬਰੂ ਕਰੀਏ, ਔਰ ਜੇ ਇਕੱਠੇ ਹੋ ਕੇ ਆਪਾਂ ਇੱਕ ਘਰ ਦੇ ਉਸਾਰੇ ਵਿੱਚ ਸਹਿਯੋਗ ਕਰ ਸਕੀਏ। ਇਹ ਜਿਹੜਾ ਮਲ ਮੂਤਰ ਦਾ ਖੱਡਾ ਹੈ, ਇਹ ਪੂਰਾ ਓਪਨ ਪਿਆ, ਇਹ ਕੱਚਾ ਹੈ, ਹਾਲੇ ਪੱਕਾ ਵੀ ਨਹੀਂ ਹੈਗਾ। ਇਹ ਹਾਲਾਤ ਦੇ ਇੱਥੋਂ ਸ਼ੁਰੂ ਹੁੰਦੇ ਆ। ਜਦ ਆਪਾਂ ਘਰ ਦੇ ਵਿੱਚ ਵੜਨਾ ਤਾਂ ਜੋ ਲੈਟਰਿਨ ਪਿਸ਼ਾਬ ਦੇ ਜੋ ਗੁਸਲਖਾਨੇ ਬਣੇ ਹੋਏ ਆ, ਉਹ ਵੀ ਇਸ ਤਰ੍ਹਾਂ ਬਣੇ ਹੋਏ, ਇਹਨਾਂ ਦੇ ਵਿੱਚ ਦਰਵਾਜ਼ੇ ਵੀ ਨਹੀਂ ਲੱਗੇ ਹੋਏ, ਟੈਂਕੀ ਵੀ ਨਹੀਂ ਹੈਗੀ ਉੱਪਰ, ਹੈ ਨਾ, ਟੈਂਕੀ ਥੱਲੇ ਰੱਖੀ ਹੋਈ ਭੈਣ ਜੀ। ਅਤੇ ਇਹ ਕਮਰੇ ਕਿੱਥੋਂ ਕਿੱਥੋਂ ਚਾਹੁੰਦੇ ਮੈਂ ਦਿਖਾਉਂਗੇ ਰਾ ਕੇ। ਇਹ ਉੱਪਰ ਕਿਆ ਪਾਇਆ ਹੋਇਆ ਸਰ? ਰੋਟੀ ਬਣਾਉਂਦੇ ਵਾ ਤੇ ਆ ਹੀਟਰ ਤੇ ਚੁੱਲ੍ਹਾ, ਗੈਸ ਚੁੱਲ੍ਹਾ ਨਹੀਂ ਦਿੱਤਾ, ਹਾਂ ਗੈਸ ਚੁੱਲ੍ਹਾ ਨਹੀਂ ਦਿੱਤਾ। ਸੋ ਇਹ ਹਾਲਾਤਾਂ ਦੇ ਵਿੱਚ ਤੁਹਾਨੂੰ ਬੇਨਤੀ ਕਰ ਰਹੇ, ਇਹ ਘਰ ਦੀ ਉਸਾਰੀ ਦੇ ਵਿੱਚ ਸਹਿਯੋਗ ਪਾਉਣ ਦੀ ਸੋਚ ਰਹੇ, ਜੇ ਤੁਹਾਡਾ ਸਾਥ ਮਿਲੇ। ਅਸੀਂ ਇਹ ਜੋ ਘਰ ਹੈ ਇਹ ਇਹ ਗਾਰਿਆਂ ਦੇ ਵਿੱਚ ਚੜਿਆ ਹੋਇਆ, ਜ਼ਿਆਦਾਤਰ ਇਹ ਪੂਰਾ ਢਾਹ ਕੇ ਬਣੇਗਾ। ਅਸੀਂ ਇੱਕ ਏਰੀਆ ਬਹੁਤ ਹੈ, 850 ਸਕੇਅਰ ਫਿੱਟ ਬਣਦਾ ਹੈ ਸੀਮਿੰਟ ਦਾ, ਆ ਜਾਓ ਇੱਧਰ ਆ ਜਾਓ। ਲੇਕਿਨ ਆਪਾਂ ਇਹਨੂੰ ਢਾਹ ਕੇ ਬਣਾਉਣ ਦੀ ਸੋਚ ਰਹੇ ਹਾਂ, ਜਿਸ ਦੇ ਵਿੱਚ 10x10 ਦੇ ਦੋ ਕਮਰੇ, ਹੈ ਨਾ, ਛੋਟਾ ਬੱਚਾ ਵੀ ਹੈ, ਮੀਆਂ ਬੀਬੀ ਹੈ, ਇਹਨਾਂ ਦੀ ਮਾਤਾ ਵੀ ਹੈਗੇ, 10x10 ਦੇ ਦੋ ਕਮਰੇ, 5x7 ਦੀ ਰਸੋਈ, ਹੈ ਨਾ, ਅਤੇ ਉਹਨੂੰ ਦਰਵਾਜ਼ੇ ਔਰ ਟੈਂਕੀ ਉੱਪਰ ਚੱਲ ਜਾਊਗੀ, ਉਹ ਪੱਕਾ ਪੈ ਜਾਊਗਾ। ਇਸ 3.75-3 ਲੱਖ ਰੁਪਏ ਦਾ, 3 ਤੋਂ 3.75 ਲੱਖ ਰੁਪਏ ਦਾ ਇਹ ਘਰ ਬਣੇਗਾ ਨਾ। ਸੋ ਸੰਗਤ ਨੂੰ ਬੇਨਤੀਆਂ ਨੇ, ਸਾਨੂੰ ਸਾਥ ਚਾਹੀਦਾ ਇਹ ਘਰ ਦੀ ਉਸਾਰੀ ਵਿੱਚ। ਸੈਂਟਰ ਬਣ ਰਹੇ ਆ, ਮਰੀਜ਼ਾਂ ਦੀ ਸੇਵਾ ਚੱਲ ਰਹੀ ਹੈ, ਲੰਗਰ ਚੱਲ ਰਹੇ ਨੇ, ਓਪਰੇਸ਼ਨ ਚੱਲ ਰਹੇ ਨੇ, ਸਾਰੀ ਸੇਵਾ ਸਹਿਯੋਗ ਲਗਾਤਾਰ ਚੱਲ ਰਿਹਾ। ਲੇਕਿਨ ਹਾਲਾਤ ਇਹੋ ਜਿਹੇ ਹੋ ਜਾਂਦੇ ਆ ਕਿ ਬਥੇਰੀ ਵਾਰ ਸੋਚ ਚੁੱਕੇ ਘਰ ਨਹੀਂ, ਘਰ ਦੀ ਉਸਾਰੀ ਵਿੱਚ ਇੱਕ ਸਾਲ ਲਈ ਪੌਜ਼ ਲਾਉਣਾ, ਲੇਕਿਨ ਹਾਲਾਤ ਇੱਦਾਂ ਦੇ ਹੁੰਦੇ ਆ ਕਿ ਹਾਂ ਕਰਨੀ ਪੈ ਜਾਣੀ ਹੈ। ਹਾਲਾਂਕਿ ਭੈਣ ਜੀ, ਹਾਲੇ ਅਸੀਂ ਕੋਈ ਜ਼ੁਬਾਨ ਨਹੀਂ ਕਰਕੇ ਚੱਲ ਰਹੇ, ਸੰਗਤ ਨੂੰ ਬੇਨਤੀ ਕਰ ਰਹੇ ਹਾਂ, ਬਹੁਤ ਸਾਰੇ ਸੰਗੀ ਸਾਥੀ, ਉਹਨਾਂ ਨੂੰ ਕਾਲ ਕਰਾਂਗੇ, ਵਟਸਐਪ ਕਰਾਂਗੇ, ਲੋਕਾਂ ਨੂੰ ਗੱਲ ਕਰਦੇ ਹਾਂ, ਅਤੇ ਅਰਦਾਸ ਕਰਿਓ ਇਹ ਬਣ ਸਕੇ, ਹੈ ਨਾ। 3.75-3 ਲੱਖ ਰੁਪਏ ਦਾ ਬਜਟ ਰਹੇਗਾ, ਬਹੁਤ ਜ਼ਰੂਰੀ ਸੇਵਾ ਹੈ। ਮੁੜ ਕੇ ਅਸੀਂ ਦੇਖਦੇ, ਛੱਤ ਗਿਰ ਗਈ ਉੱਪਰ ਔਰ ਪੇਸ਼ੈਂਟ 'ਤੇ ਵੱਜ ਗਈ, ਤੁਹਾਡੇ ਸਿਰ 'ਤੇ ਸੱਟ ਵੱਜੀ ਹੋਈ ਹੈ ਨਾ, ਹੈ ਨਾ, ਤੁਹਾਡੇ ਸਿਰ 'ਤੇ ਸੱਟ ਵੀ ਵੱਜੀ ਹੋਈ ਹੈ ਨਾ। ਤੁਸੀਂ ਦਿਹਾੜੀ ਜੋਤ ਕਦੇ ਕਦੇ ਕਰਨ ਜਾਂਦੇ ਹੋ, ਉਹ ਕਿਉਂ ਬਾਬਾ ਜੀ? ਸਿਰ ਕਾਰਨ ਕਰਕੇ ਨਹੀਂ ਜਾਇਆ ਜਾਂਦਾ, ਸਿਰ ਕਾਰਨ ਕਰਕੇ ਨਹੀਂ ਜਾਇਆ ਜਾਂਦਾ ਨਾ। ਇਹ ਹਾਲਾਤ ਨੇ, ਇੱਕ ਵਾਰੀ ਤੁਹਾਨੂੰ ਮੈਂ ਫਿਰ ਅੰਦਰ ਦਿਖਾ ਦਿੰਦੇ ਭੈਣ ਜੀ, ਆਇਓ ਨਾਲ। ਇਹ ਕੰਧਾਂ ਸਾਰੀਆਂ ਸਲਾਬੀਆਂ ਪਈਆਂ ਨੇ, ਹੈ ਨਾ, ਇੱਥੇ ਹੀ ਰੋਟੀ ਬਣਾ ਰਹੇ, ਫਿਰ ਜਦ ਪੂਰਾ ਪਾਣੀ ਚੋਰਿਆ ਹੁੰਦਾ ਤਾਂ ਇੱਥੇ ਰੋਟੀ ਬਣਾ ਰਹੇ ਹੁੰਦੇ, ਇੱਥੋਂ ਵੀ ਆ ਰਿਹਾ ਹੁੰਦਾ ਮੀਂਹ, ਪਿੱਛੋਂ ਵੀ ਇੱਥੇ ਰੋਟੀ ਬਣਾ ਰਹੇ ਹੁੰਦੇ, ਹਾਂ। ਅਤੇ ਹੁਣ ਠੰਡ ਦੇ ਵਿੱਚ ਤਾਂ ਬਹੁਤ ਬੁਰਾ ਔਖਾ ਹੋਊਗਾ, ਦਰਵਾਜ਼ਾ ਵੀ ਨਹੀਂ ਹੈਗਾ, ਹੈ ਨਾ। ਵਾਹਿਗੁਰੂ ਵਾਹਿਗੁਰੂ, ਬਹੁਤ ਜ਼ਰੂਰੀ ਸੇਵਾ ਹੈ ਨਾ, ਛੋਟਾ ਬੱਚਾ ਵੀ ਹੈਗਾ, 7ਵੀਂ ਕਲਾਸ 'ਚ ਪੜ੍ਹਦਾ, ਬਹੁਤ ਜ਼ਰੂਰੀ ਸੇਵਾ ਹੈ, ਅਤੇ ਤਾਂ ਤੁਹਾਨੂੰ ਬੇਨਤੀਆਂ ਕਰਨ ਲੱਗੇ ਹਾਂ, ਇਹ ਸੇਵਾ ਦੇ ਵਿੱਚ ਸਹਿਯੋਗ ਕਰਨਾ ਆਪਾਂ ਨਾ। 3.75-3 ਲੱਖ ਰੁਪਏ ਦਾ ਖਰਚਾ ਆਏਗਾ, 2 10x10 ਦੇ ਕਮਰੇ ਅਤੇ 5x7 ਦਾ ਬਾਥਰੂਮ, ਬਾਥਰੂਮ ਨਹੀਂ ਕਿਚਨ, ਅਤੇ ਜੋ ਪਿੱਛੇ ਗੁਸਲਖਾਨੇ ਦੇਖੇ ਆ ਉਹਦੀ ਮੁਰੰਮਤ ਹੋਣੀ ਹੈ। ਸੋ ਇਹੀ ਬੇਨਤੀਆਂ ਰਹਿਣਗੀਆਂ, ਆਪਾਂ ਇਕੱਠੇ ਹੋ ਕੇ ਸੇਵਾ ਦੇ ਵਿੱਚ ਸਹਿਯੋਗ ਜ਼ਰੂਰ ਕਰਨਾ ਹੈ। ਫਤਿਹ ਦੀ ਸਾਂਝ ਦਾ ਵੀਡੀਓ ਕਲੋਜ਼ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ।